ਜ਼ਿਲ੍ਹਾ ਸੰਗਰੂਰ ਵਿਖੇ ਅੱਜ ਫਿਰ ਵੱਡੀ ਗਿਣਤੀ ਕਿਸਾਨ ਧਰਨੇ ਤੇ ਬੈਠੇ ਨਜ਼ਰ ਆਏ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਇਨਸਾਫ ਤੇ ਮਦਦ ਦੀ ਗੁਹਾਰ ਲਗਾ ਰਹੇ ਸਨ, ਪਰ ਇਸ ਵਾਰ ਮਾਮਲਾ ਥੋੜਾ ਵੱਖਰਾ ਸੀ। ਵੇਖੋ ਇਸ ਰਿਪੋਰਟ ਵਿੱਚ। ਸੰਗਰੂਰ ਦੇ ਕਸਬਾ ਲੌਂਗੋਵਾਲ ਦੇ ਇੱਕ ਕਿਸਾਨ ਦੇ ਬੈਂਕ ਵਿੱਚ ਜਮ੍ਹਾਂ ਲੱਖਾਂ ਰੁਪਏ ਕਥਿਤ ਤੌਰ ਤੇ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਵੱਲੋਂ ਖੁਰਦ ਬੁਰਦ ਕਰ ਦਿੱਤੇ ਗਏ ਨੇ ਤੇ ਪੁਲਿਸ ਵੱਲੋਂ ਆਰੋਪੀ ਬੈਂਕ ਕਰਮੀ ਖਿਲਾਫ ਕਾਰਵਾਈ ਵੀ ਨਹੀਂ ਕੀਤੀ ਗਈ। ਇਸੇ ਸ਼ਿਕਾਇਤ ਦੇ ਨਾਲ ਕਿਸਾਨਾਂ ਨੇ ਅੱਜ ਡੀਸੀ ਦਫ਼ਤਰ ਅੱਗੇ ਜੰਮ ਕੇ ਪ੍ਰਦਰਸ਼ਨ ਕੀਤਾ ਤੇ ਬੈਂਕ ਮੈਨੇਜਮੈਂਟ ਸਮੇਤ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਅੱਜ ਦਾ ਰੋਸ ਪ੍ਰਦਰਸ਼ਨ ਇਸ ਗੱਲ ਚੋਂ ਕਰ ਰਹੇ ਹਾਂ ਕਿਉਂਕਿ ਅਸੀਂ ਪਿਛਲੇ 4 ਤਰੀਕ ਨੂੰ ਸਥਾਨਕ ਸਿਟੀ ਥਾਣੇ ਅੱਗੇ ਰੋਸ ਧਰਨਾ ਦਿੱਤਾ ਤੇ ਸਾਡੇ ਕਿਸਾਨ ਸੁਰਜੀਤ ਸਿੰਘ ਨਾਲ ਇੱਕ HDFC ਬੈਂਕ ਦੇ ਵਿੱਚ ਬੈਂਕ ਮੈਨੇਜਰ ਨੇ ਤੇ ਇੱਕ ਬੀਮਾ ਕੰਪਨੀ ਵਾਲਿਆਂ ਨੇ ਮਿਲ ਕੇ 7,25,000 ਰੁਪਏ ਦੀ ਰਾਸ਼ੀ ਖੁਰਦ ਬੁਰਦ ਕੀਤੀ ਹੈ। ਸਥਾਨਕ ਥਾਣੇ ਦੇ ਵਿੱਚ ਐਪਲੀਕੇਸ਼ਨ ਦੇ ਕੇ ਗਏ ਤੇ ਵੀ ਸਾਡੇ ਨਾਲ ਧੋਖਾ ਹੋ ਗਿਆ, ਠੱਗੀ ਬਚ ਗਈ, ਵੀ ਇਹਦੀ ਕਾਰਵਾਈ ਕੀਤੀ ਜਾਵੇ, ਪਰ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਕਾਰਵਾਈ ਕਰਨ ਦੀ ਥਾਂ ਉਲਟਾ ਉਹਨਾਂ ਸਾਰੇ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ, ਜਿਹਦੇ ਰੋਸ ਵਜੋਂ ਅੱਜ ਅਸੀਂ ਸਥਾਨਕ DSP ਦਫ਼ਤਰ ਅੱਗੇ ਬੈਠੇ ਹਾਂ। ਧੋਖਾਧੜੀ ਦਾ ਕੇਸ ਜਿਹੜਾ ਉਹ 6 ਬੰਦਿਆਂ 'ਤੇ ਦਰਜ ਹੋਣਾ ਹੁੰਦਾ ਹੈ, ਵਕੀਲ ਕਹਿੰਦੇ ਨੇ, ਪਰ ਉਹਨਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ, ਸਥਾਨਕ ਪੁਲਿਸ ਸਿਆਸੀ ਪ੍ਰਭਾਵ ਹੇਠ ਹੈ, ਜਿਹਦੇ ਤਹਿਤ ਸਾਡੀ ਖੱਜਲ ਖੁਆਰੀ ਵੱਧ ਰਹੀ ਹੈ। ਸਾਨੂੰ ਉੱਥੇ ਵਿਸ਼ਵਾਸ ਦਿਵਾਇਆ ਗਿਆ CDVD ਵੱਲੋਂ, ਡਿਪਟੀ ਦੀ ਡਿਊਟੀ ਲੱਗ ਗਈ, ਬਕਾਇਦਾ ਵੀ ਅਸੀਂ 4 ਦਿਨ ਦੇਵਾਂ, ਅਸੀਂ ਹਫ਼ਤਾ ਦੇ ਦਿੱਤਾ ਇਹਨਾਂ ਨੂੰ, ਪਰ ਉਦੋਂ ਬਾਅਦ ਸਾਡੇ ਕੁਛ ਨਹੀਂ ਨਿਕਲਿਆ ਹੈ। ਫਿਰ ਅਸੀਂ ਇੱਥੇ 9 ਤਰੀਕ ਨੂੰ ਮਿਲ ਕੇ ਗਏ, SVD ਨੂੰ ਵੀ ਮਿਲ ਕੇ ਗਿਆ, ਪਰ ਉੱਤੋਂ ਸਰਕਾਰ ਦੇ ਦਬਾਅ ਨਾਲ ਪ੍ਰਸ਼ਾਸਨ ਵਿੱਚ ਵਿਚਾਲੇ ਲਟਕ ਲਟਕੇ ਜਾ ਕਰੀ ਜਾਂਦਾ ਹੈ। ਅੱਜ ਸਾਨੂੰ ਕਹਿੰਦੇ ਵੀ 4 ਵਜੇ ਦਿਨ ਦੇ ਪਰਚਾ ਕਰ ਦਿਆਂਗੇ, ਪਰ ਸਾਨੂੰ ਅਜੇ ਕੋਈ ਸੁਣਵਾਈ ਨਹੀਂ ਮਿਲੀ, ਅਸੀਂ ਲਗਾਤਾਰ ਇਸ ਮੋਰਚੇ ਦੇ ਵਿੱਚ ਬੈਠੇ ਹਾਂ, ਦੋਸ਼ੀਆਂ ਨੂੰ ਸਜ਼ਾ ਦਊਂਗਾ। ਫਿਲਹਾਲ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਕਿਸਾਨ DC ਦਫ਼ਤਰ ਦੇ ਅੱਗੇ ਡਟੇ ਹੋਏ ਨੇ। ਹੁਣ ਦੇਖਣਾ ਹੀ ਹੋਵੇਗਾ ਕਿ ਪੀੜਤ ਕਿਸਾਨ ਲਈ ਕੀਤਾ ਜਾ ਰਿਹਾ ਇਹ ਸੰਘਰਸ਼ ਕਦੋਂ ਤੱਕ ਨੇਪਰੇ ਚੜ੍ਹਦਾ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।